औज़ु बिल्लाहि मिनश शैतानिर रजीम, बिस्मिल्लाहिर रहमानिर रहीम। अस्सलामु अलैकुम दोस्तों, आप देख रहे हैं एतमाद टीवी और मैं हूं आपका दोस्त मंजूर अहमद। दोस्तों की खिदमत में हाजिर हो भाई जफर अली भाई का नाम है, रहायश लोकेशन इन्हों की चक नंबर 404 गाहबे चनार शुगर मिल चौक, लक्कड़ चौक, चनार शुगर मिल का चौक है, लक्कड़ चौक, तहसील तांदलियांवाला, जिला फैसलाबाद। तांदलियांवाला तो तकरीबन 5 से 6 किलोमीटर या 7 किलोमीटर के राउंड अबाउट चनार शुगर मिल है। चौक तो 2 या 3 मुरब्बे हैं जिते इन्हों का डेरा है। जानवरों की वीडियो लगाई दी है हर जुमेरात की, माशाल्लाह इन्हों की वीडियो लगती है और हर वीडियो के जानवर होंगे माशाल्लाह एक दूसरे तो सोने, 4-5 होंगे। अज जानवर इन्हों के कुल सन 5-3, अपना जानवर दो दोस्त हैं फैसलाबाद तो उन्होंने खरीदन, एक गोजरे तो हूँ दो जानवर की वीडियो लगा रहे हैं। अच्छा हूँ ही लोड करवाई ने, जे अल्लाह खैर करे, अल्लाह पाक उन्होंने नसीब करे। तो बाकी इंशाल्लाह जानवर दिखाने, उससे पहले दोस्तों अपने इस चैनल करना सबसक्राइब, तो दोस्तों के नाल वीडियो शेयर करना, लाइक करना और माशाल्लाह का कमेंट भी करना। बाकी लेना देना नसीब मुकद्दर जी का नंबर है 0341-84-54-696, व्हाट्सएप से लोकल नंबर है। जफर भाई अपना नंबर दस दें, बाकी इंशाल्लाह जानवर की डिटेल नाल नाल जी नंबर दसो। 0345-41-56-4 कैमरे दी नजर करना साडा मकसद है, ते बाकी परख करना दोस्तां ने खुद दे। ते बंदे आंदे ना जी। अच्छा यदि दसो डिटेल है अपना, मेरा ख्याल नाल के वकदी है सून वाले आली भाई मंजूर, मज 8 दिन लेने न और। अच्छा बाकी मैं इनू थान दिया मंडा जी, ते किसे पास मैं जुंगे रखा दे जो मर्जी तो बिछा के दे, मैं दी गारंटीयां नाल आपा मैं देनी एवें नहीं देनी। ਕਿੰਨਵਾ ਵਾਰਾ ਸੁਣਾ ਹੈ ਜੀ? ਇਹ ਤੀਸਰਾ ਵਾਰਾ ਹੁਣ ਸੁਮਨਾ ਸੁਪਾਈ ਮੰਦੀ, ਤੀਸਰਾ ਵਾਰਾ ਇਹਨੇ ਸੁਣਾ, ਛੱਡ ਕੇ ਟੋਰੋ ਜੀ ਇਹਨੂੰ, ਤੀਜਾ ਵਾਰਾ ਸੁਣਾ ਜੀ। ਤੇ ਦਿਨ ਅਜੇ ਲੈਂਦੀ ਆ ਰਾਉਂਡ ਅਬਾਊਟ 7-8। ਬਿਲਕੁਲ ਭਾਈ ਮਨਜ਼ੂਰ ਲਾਂਦੇ ਨੇ ਕਿਸਮਤ ਬਰਾਤ ਦੀਆਂ ਗੱਲਾਂ ਨੇ ਜੀ, ਦੇਣਾ ਸਜਣਾ ਨੂੰ ਤੋਹਫੇ ਨੇ। ਠੀਕ ਹੈ ਬਾਕੀ ਦੇਣਾ ਕੀ ਇਹਦਾ ਕੋਈ ਦੂਸਰੇ ਸੂਏ ਦਾ ਪਿਛਲੇ ਮਤਲਬ ਜਿਹੜਾ ਬੰਦਾ ਲੈ ਜਾ ਆਪਾਂ 20 ਸੇਰਾਂ ਦੀ ਮਾਜ ਦੀ ਗਾਰੰਟੀ ਦੇਣੀ। ਅੱਛਾ ਹਾਂ ਇਨਸ਼ਾਅੱਲਾ ਤਾਲਾ ਅੱਲਾ ਦੇ ਹੁਕਮ ਨਾਲ ਬਾਕੀ ਮਾਸ਼ਾਅੱਲਾ ਫਾਲ ਅਚਵਾ ਪਾਸੂ ਦੋਸਤਾਂ ਨੇ ਵਿਰਲ ਖੁਦ ਵੇਖ ਲੈਣੀ ਹੈ, ਤੇ ਥਾਣ ਅੱਲਾ ਖੈਰ ਕਰੇ ਜੇ ਹੋਰ ਵੀ ਇਹਨੇ ਕੁੰਜਣਾ ਇੱਕ ਤਾਂ ਹੁੰਦਾ ਨਾ ਬੇ ਯਾਰ ਗੇਟ ਤਮਾਂ ਪੇ ਆ ਲਿਬਾਸ ਇਦਾਂ ਨਾ ਕਰ ਜੇ ਮਰਦੀ ਕਰ ਲਵੇ। ਸਹੀ ਹੋ ਗਿਆ ਜੀ, ਆਂਦਾ 20 ਕਿਲੋ ਅੱਲਾ ਮੇਰੇ ਦੇ ਹੁਕਮ ਨਾਲ ਦੇਣ ਵਾਲੇ ਮੱਜ, ਹੁਕਮ ਨਾਲ ਅੱਲਾ ਦੇ ਹੁਕਮ, ਅੱਲਾ ਦੇ ਹੁਕਮ ਤੋਂ ਸਿਵਾ ਤਾਂ ਬੰਦਾ ਤੋਰ ਵੀ ਨਹੀਂ ਨਾ ਸਕਦਾ ਜੀ। ਹਾਂ ਤੇ ਲੇਕਿਨ ਇਸ ਗੱਲ ਦੀ ਮੈਂ ਛੋਲਟੀ ਦੇਣੀ, ਇਸ ਮਾਜ ਦੀ ਗਾਰੰਟੀ ਦੇਣੀ ਅਲਹਮਦੁਲਿਲਾ। ਤੀਜਾ ਵਾਰਾ ਸੋਣਾ ਹੈ ਜੀ, ਦਿਨ ਨਾਲ ਲੈਂਦੇ ਹਫਤੇ ਦੇ ਰਾਉਂਡ ਅਬਾਊਟ, ਤੇ ਦੂਜੇ ਸੂਏ ਅੱਲਾ ਖੈਰ ਕਰੇ ਇਹ ਪਿਛਾ ਕਿੰਨਾ ਕ ਅੰਦਾਜ਼ਾਂ ਕੋਈ ਜਿਹੜਾ ਕਨਫਰਮ ਦਿੰਦੇ ਰਹੀ ਹੈ ਮਾਜ ਭਾਈ ਮਨਜ਼ੂਰ ਨਾ ਜੀ। ਮਾਜ ਦੋ ਤੇ ਤੈਨੂੰ ਮੈਂ ਦੱਸਦਾ ਪਾ ਦੂਜੇ ਨੂੰ ਕਿ ਮੱਜ 18-19 ਸ਼ੇਰ ਦੂਏ ਵਾਰਸ ਦਿੰਦੀ ਰਹੀ। ਠੀਕ ਹੈ ਅੱਜ ਕੀ ਤਾਂ ਮਾਸ਼ਾਅੱਲਾ ਯਾਰ ਕੀ ਕਰੋ ਦੋ ਦਿਨਾਰ ਹੈ ਤੇ ਦੂਏ ਨੰਬਰ ਤੇ ਗੱਲ ਹੋਰ ਹੈ ਜੀ। ਅੱਜ ਮਾ ਜੋ ਕਰਾ ਜੀ
ਤੇ ਨਾਲੇ ਜਵਾਨ ਮੱਝ ਹੈ, ਇਹ ਨਾ ਕੋਈ ਬੰਦਾ ਆਖੇ। ਆ ਤ੍ਰਿਆ ਉਂਝ ਸੰਭੀ ਪਾਲੀ ਹੋਈ ਹੈ ਚੰਗੀ ਤਕੜੀ। ਹਾਂ ਬਿਲਕੁਲ ਠੀਕ ਹੋ ਗਿਆ ਜੀ। ਬੋਲ ਕੀ ਮਤ, ਅੱਲਾ ਖੈਰ ਕਰੇ, ਅਗਾ ਤਾਂ ਮੁੜ ਲੈਣਾ ਦੇਣਾ ਨਸੀਬ। ਬੋਲ ਜੀ ਕੀ ਮਤ ਬਾਈ, ਜਿਹੜੇ ਮਨਜ਼ੂਰ ਲੈ ਲਾਣੀ ਨਾ ਜੀ, ਫਾਈਨਲ ਫਾਈਨਲ ਮੱਝ ਮੇਰੀ ਪੂਰੇ ਚੌਂ ਕਾਪੀਆਂ ਦੀ। ਠੀਕ ਹੈ, ਆਪਾਂ 3,30,000 ਰੁਪਈਆ ਲੈ ਲੈਣਾ। 3,30,000 ਰੁਪਈਆ ਤੇ ਦੁੱਧ ਦੀ ਅੱਲਾ ਮੇਰੇ ਦੇ ਹੁਕਮ ਨਾਲ ਗਰੰਟੀ ਸ਼ੋਰਟੀ ਵਾਲੀ ਮੱਝ। ਅੱਲਾ ਦੇ ਹੁਕਮ ਨਾਲ ਯਾਰ ਬਾਈ ਮਨਜ਼ੂਰ, ਮੈਂ ਤੈਨੂੰ ਕਹਿੰਦਾ ਮੇਰੀ ਮੱਝ ਦੀ ਮੱਝ ਮਾਸ਼ਾਅੱਲਾ ਸਾਂਭੀ ਬਾਲੀ ਹੋਈ ਹੈ, ਚੰਗੀ ਤਗੜੇ ਜੁੱਸੇ ਵਜੂਦ ਵਾਲੀ ਹੈ, ਥਾਨ ਚੰਗਾ। ਲਿਬਾਸ ਮੱਝੀ ਨੂੰ, ਆਮਾ ਮੱਝੀ ਨੂੰ ਐਡਾ ਥਾਨ, ਐਡਾ ਲਿਬਾਸ ਆਮ ਮੱਝੀ ਨੂੰ ਨਹੀਂ ਹੁੰਦਾ। ਕੀ ਪਿਆਰ ਮੁਹੱਬਤ ਹੈ 3,30,000 ਚ। ਨਹੀਂ ਫਾਈਨਲ ਬਾਈ ਮਨਜ਼ੂਰ, ਕੋ ਮਜ਼ੀਦ ਨਹੀਂ, ਇਸ ਤੋਂ ਕਾਟ ਨਹੀਂ, ਕੋ ਮਾੜਾ ਮੋਟਾ ਹੋ ਗਿਆ ਡੋ ਕਾਵੜ ਨਹੀਂ ਨਾ ਕਰਨ। ਮੱਝ ਯਕੀਨ ਅੱਲਾ ਤੇ ਕਰੇ ਤਾਂ ਮੋਰ ਤਿੰਨ ਦਸ ਤਾਂ ਪਚਾਉ ਕਾਪੀਆਂ ਦੀ ਜੀ, ਤੇ ਲੇਕਿਨ ਮੱਝ ਦੀ ਕੀਮਤ ਨਹੀਂ ਮੰਗੀ। 3,25,000। ਚਲੋ ਹੁਣ ਤੂੰ ਕੀਤੀ ਖਿਲਾਫ 3,25,000 ਮਾਜ ਮੇਰੀ ਸਾਸ ਆ ਰਹੀ, ਚੰਗਾ ਨਾ ਮੇਰੇ ਸੋਹਣੇ ਰੱਬ ਦਾ, ਪਰ ਲੇਕਿਨ ਮਾਜ ਲਿਕਲ ਨਸਲ ਜ਼ਾਤ ਵਾਲੀ ਹੈ, ਨਸ ਨਾ ਦੁੰਨੀ ਨਾ ਕੋੜੀ। ਮੈਂ ਤੈਨੂੰ ਪਹਿਲਾਂ ਮਾਜ ਦੀ ਗਰੰਟੀ ਮਾਜ ਦੇ ਦੇ ਤੇ ਕਿਸੇ ਮਾਜ ਦੀ ਗਰੰਟੀ ਨਹੀਂ ਦਿੱਤੀ, ਲੇਕਿਨ ਮਾਲਕ ਇਹਨੂੰ ਖੁਰਾਕ ਪਾਵੇ ਜੀ, ਮਾਜ 20 ਸਿਰ ਦੁੱਧ ਨਾ ਕਰੇ, ਮੈਂ ਪਾਸੇ ਨਹੀਂ ਲੈਣਾ। ਚਲੋ ਕੋਈ ਮਜ਼ੀਦ ਆਇਆ ਦੋਸਤਾਂ ਦੇ ਨਾਲ ਪਿਆਰ ਮੁਹੱਬਤ ਹੋ ਜਾਸੀ ਜੀ। ਜੀ ਅੱਗੇ ਦੂਸਰੇ ਨੰਬਰ ਤੇ ਝੋਟੀ ਦਿਖਾ ਰਹੇ, ਦੱਸੋ ਜੀ ਇਹਦੀ ਗੱਲਬਾਤ। ਇਹ ਸੂਣ ਵਾਲੀ, ਇਹ ਵੀ ਇਹ ਵੀ ਜੀ ਸੂਣ ਵਾਲੀ ਵਕਦੀ ਜੋਟੀ, ਪਹਿਲਾਂ ਪਹਿਲਾ ਸੂਆ ਜੀ ਇਹਨੇ ਸੂਣਾ, ਤੇ ਇਹ ਕਿੰਨੇ ਕੁ ਦਿਨ ਲੈਂਦੀ ਹੈ? ਇਹ ਹਾਲੇ ਬਾਈ ਮਨਜ਼ੂਰ ਤਕਰੀਬਨ 10-12 ਦੇ ਜੋਟੀ ਦੇ ਪਏ। ਅੱਛਾ ਜੀ, 10-12 ਦਿਨ ਲੈ ਜਾ ਸੀ ਸੂਣ ਨੂੰ। ਹਾਂਜੀ ਠੀਕ ਹੋ ਗਿਆ, ਥਣਾ ਦੀ ਸਾਫ ਹੈ, ਥਣਾ ਦੀ ਸਾਫ ਜੋਟੀ। ਆ ਜੋਟੀ ਨੂੰ ਕਾਦ ਬੋਤ ਵੇਖ, ਹੁਸਨ ਵੇਖ, ਤੇ ਲੇਕਿਨ ਇੱਕ ਗੱਲ ਹੋਰ ਜੀ, ਜੋਟੀ ਜਿਹੜਾ ਲਿਬਾਸ ਕੀਤਾ, ਗਿੱਟ ਗਿੱਟ ਪਿਛਾ ਨਾ ਵਧੀ ਹੋਵੇ ਤਾਂ ਗੱਲ ਕਰੇ। ਠੀਕ ਹੋ ਗਿਆ, ਬੰਦੇ ਨੇ ਹੁੰਦੀ ਆਪਾਂ ਚਾਪ ਅਸਮਾ ਛੱਟਾ ਫਾਰ, ਬਾਕੀ ਕੋ ਪਿੱਛਾ ਮਾਰਨ ਕੋਈ ਕਿਸੇ ਕਿਸਮ ਦਾ, ਅੱਛੀ ਗਰੰਟੀ ਆਪਣੀ। ਠੀਕ ਹੋ ਗਿਆ ਜੀ, ਥਾਂ ਨਾ ਪਚਲਦੇ ਦੇ ਨੇ ਜੀ, ਪਹਿਲੇ ਜੋਟੀ। ਠੀਕ ਹੈ, ਮੂੰਹ ਕਿਸ ਤਰ੍ਹਾਂ ਹੈ ਜੀ? ਮੂੰਹ ਚੁੱਭੀ ਹੋਕੇ। ਠੀਕ ਹੈ, ਠੀਕ ਹੈ ਜੀ, ਛੱਡੋ ਟੁਰਨ ਦੋ। ਪਹਿਲਾ ਵਾਰਾ ਸੋਣਾ ਜੀ ਦਿਨ, ਇਨਸ਼ਾਅੱਲਾ 9 ਤੋਂ 10 ਲੈਂਦੀ ਹੈ। ਮਾਸ਼ਾਅੱਲਾ ਬਾਈ ਮਨਜ਼ੂਰ, ਮੈਂ ਤੈਨੂੰ ਦੱਸਦਾ ਪਿਆ ਮਾ ਜੋਟੀ ਥਣ ਕਿੱਡਾ ਬੇਕੀਮਤ ਲੱਗਾ ਹੋਇਆ, ਮੂੰਹ ਚੋਗੀ ਹੈ ਜੀ, ਥਣਾ ਦੀ ਗਰੰਟੀ, ਪਿੱਛੇ ਮਾਰਾਂ ਦੀ ਅੱਲਾ ਮਾਫ ਕਰੇ ਕੋਈ ਕਿਸੇ ਕਿਸਮ ਦੀ ਪਰੇਸ਼ਾਨੀ, ਇਸ ਦੀ ਗਰੰਟੀ ਹੋ ਸੀਗੀ। ਦੁੱਧ ਦੀ ਕੀ ਉਮੀਦ ਹੈ? ਅਗਾ ਆਇਆ ਤਾਂ ਦੋ ਨਸੀਬ ਦੀਆਂ ਗੱਲਾਂ, ਦੁੱਧ ਦੀ ਕੀ ਉਮੀਦ? ਅੱਲਾ ਦੇ ਹੁਕਮ ਨਾਲ 14 ਕਿਲੋ ਆਪਣੀ ਮਾ ਇਨਸ਼ਾਅੱਲਾ ਤਲ ਪਈ ਲੰਦੂ। ਬੋਲ ਭਈਆ ਦੇਵੀ ਕੀਮਤ, ਕੀਮਤਾ ਜੋਟੀ ਦੀ, ਜੋਟੀ ਤੇ ਮੇਰੀ ਚੋਖੀ ਚੰਗੀ। ਚਲੋ ਕੋਈ ਦੱਸੋ ਨਾ ਕੀਮਤ ਕੀ ਪਿਆਰ ਮੁਹੱਬਤ ਕਰਕੇ, ਇਹ ਆਪਾਂ ਲਾ ਲੈਣੀ 2,90,000 ਫਾਈਨਲ, 2,90,000 ਪਿਆਰ ਮੁਹੱਬਤ ਕਰਕੇ। ਇੱਕ ਹੀ ਗੱਲ ਦੱਸ ਲਈ ਬੈਨਾਂ ਦੇ, ਜੋਟੀਆਂ ਦੀ ਕੀਮਤਾਂ ਕਦੀ ਨਹੀਂ ਮੰਗੀਆਂ ਜੀ, ਲੇਕਿਨ 5 ਛੱਡ ਕੇ 85 ਤੋਂ ਆਪਾਂ 100 ਵੀ ਨਹੀਂ ਕਾਟੋ। 2,85,000 ਮਜ਼ੀਦ ਆਇਆ ਦੋਸਤਾਂ ਦੇ ਨਾਲ, ਇਹਦੀ ਵੇਖ ਸਿੰਘੀ ਵੇਖ, ਨਾ ਦੁੰਨੀ ਨਾ ਕੋੜੀ, ਮਾਈ ਨੂੰ ਰੰਗ ਰੂਪ ਵੇਖ, ਜੋਟੀ ਪੈਲੇ ਨੂੰ ਕੇ ਕਾਦ ਬਹੁਤ ਚੰਗਾ ਆਇਆ ਦੋਸਤਾਂ ਨਾਲ, ਕੋ ਦੀਦ ਜਾ ਕਰ ਸੋ ਵਕਤੀ ਤੌਰ ਜੀ। ਚਲ ਸਹੀ ਹੋ ਗਿਆ ਜੀ, ਠੀਕ ਹੈ ਦੋਸਤੋ, ਦੋਵੇਂ ਜਾਨਵਰ ਦਿਖਾਣ ਜਿਹੜਾ ਦੋਸਤ ਬਾਈ ਨੂੰ ਪਸੰਦ ਆਉਂਦੇ ਨੇ। ਮਨਜ਼ੂਰ ਮੇਰੇ ਕੋ ਜਾਨਵਰ 4-5 ਆਂ, ਆ ਦੋ ਮੱਝਾਂ ਹੁਣ ਸੇਲ ਹੋਈਆਂ ਜੀ, ਬਾਈ ਲੈ ਕੇ ਗਏ ਨੇ ਆਪਣੀ ਫੈਸਲਾਬਾਦ ਤੋਂ ਜੀ, ਬਾਕੀ ਦੋ ਮੱਝਾਂ ਮੈਂ ਆਖਿਆ ਮੈਂ ਕਿਹਾ ਵੀਡੀਓ ਮੇਰੀ ਖਾਲੀ ਨਾ ਜਾਵੇ। ਸਹੀ ਹੋ ਗਿਆ ਜੀ, ਠੀਕ ਹੈ ਦੋਸਤੋ, ਅਗਲੀ ਵੀਡੀਓ ਤੱਕ ਦੇਵੋ ਇਜਾਜ਼ਤ, ਅੱਲਾ ਹਾਫਿਜ਼।